ਪਿਆਰੇ ਬੱਚਿਓ ਸਾਰਨ ਸਸਿਕਾਲ ਜਮਾਤ ਚੌਥੀ ਦੇ ਸਮੂਹ ਵਿਦਿਆਰਥੀਆਂ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੇ ਬੱਚਿਓ ਅੱਜ ਅਸੀਂ ਵਾਤਾਵਰਣ ਸਿੱਖਿਆ ਬਾਰੇ ਸਿਲੇਬਸ ਨੂੰ ਅੱਗੇ ਚਲਾਉਂਦੇ ਹੋਏ ਵਾਤਾਵਰਣ ਸਿੱਖਿਆ ਦੇ ਪਾਠ ਚੌਂਜ ਅਤੇ ਦੰਦ ਜਿਹੜਾ ਅਸੀਂ ਕੁਝ ਦਿਨਾਂ ਤੋਂ ਸ਼ੁਰੂ ਕੀਤਾ ਹੋਇਆ ਹੈ ਉਸ ਨੂੰ ਅੱਗੇ ਲੈ ਕੇ ਜਾਵਾਂਗੇ ਮੈਂ ਤੁਹਾਨੂੰ ਯਾਦ ਕਰਵਾ ਦਵਾਂ ਕਿ ਪਿਛਲੇ ਵੀਡੀਓ ਦੇ ਵਿੱਚ ਅਸੀਂ ਇਹ ਕਿਰਿਆ ਨੰਬਰ 2 ਜਿਹੜੀ ਹੈ ਕੀਤੀ ਸੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਤੁਹਾਡੇ ਨਾਲ ਉਹਨਾਂ ਦਾ ਕੀ ਰਿਸ਼ਤਾ ਹੈ ਦੰਦਾ ਦੀ ਉਹਨਾਂ ਦੀ ਗਿਣਤੀ ਕਿੰਨੀ ਹੈ ਤੇ ਦੰਦਾ ਦੀ ਹਾਲਤ ਕਿਹੋ ਜੀ ਹੈ ਇਹਦੇ ਬਾਰੇ ਜਾਣਕਾਰੀ ਦਿੱਤੀ ਸੀ ਕਿ ਤੁਸੀਂ ਇਹ ਚਾਰਟ ਪ੍ਰਪੇਅਰ ਕਰਨਾ ਹੈ ਇਹ ਚਾਰਟ ਕਿਤਾਬ ਦੇ ਉੱਪਰ ਤੁਸੀਂ ਜਿਹੜਾ ਹੈ ਤਿਆਰ ਕਰਨਾ ਸਾਰੇ ਬੱਚਿਆਂ ਨੇ ਇਹ ਚਾਰਟ ਤਿਆਰ ਕੀਤਾ ਹੋਏਗਾ ਔਰ ਮੈਨੂੰ ਆਸ ਹੈ ਕਿ ਕੋਈ ਵੀ ਬੱਚਾ ਇਹੋ ਜਿਹਾ ਨਹੀਂ ਹੋਏਗਾ ਜਿਸ ਦਾ ਇਹ ਚਾਰਟ ਨਹੀਂ ਬਣਿਆ ਹੋਏਗਾ ਤੁਸੀਂ ਵਧੇਰੇ ਜਾਣਕਾਰੀ ਲਈ ਅਗਰੇ ਚਾਰਟ ਕਿਸੇ ਵੀ ਬੱਚੇ ਕੋ ਰਹਿ ਗਿਆ ਹੈ ਬਣਾਉਣ ਵਾਲਾ ਜਾਂ ਦੁਬਾਰਾ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਆਈ ਥਿੰਕ ਤੇ ਜਾ ਸਕਦੇ ਹੋ ਜਿਹੜਾ ਕਿ ਸਪੈਸ਼ਲੀ ਮੈਂ ਆਪਣੇ ਬੱਚਿਆਂ ਵਾਸਤੇ ਹੀ ਤਿਆਰ ਕੀਤਾ ਹੈ। ਔਰ ਮੇਰੀ ਕੋਸ਼ਿਸ਼ ਹੈ ਕਿ ਜਮਾਤ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਕੋਈ ਵੀ ਬੱਚਾ ਕਿਸੇ ਵਿਸ਼ੇ ਤੋਂ ਵਾਂਝਾ ਨਾ ਰਹੇ। ਉਹਦਾ ਸਿਲੇਬਸ ਲਗਾਤਾਰ ਚੱਲਦਾ ਰਹੇ। ਔਰ ਮੇਰੇ ਦੇ ਆਪਕ ਸਾਥੀ ਜਿਹੜੇ ਨੇ ਉਹਨਾਂ ਦਾ ਮੈਂ ਸਵਾਗਤ ਕਰਦਾ ਹਾਂ ਧੰਨਵਾਦ ਕਰਦਾ ਹਾਂ ਜਿਹੜੇ ਤੁਹਾਡੇ ਤੱਕ ਵੀਡੀਓ ਪਹੁੰਚਾਉਂਦੇ ਨੇ ਔਰ ਤਾਂ ਕੰਮ ਕਰਾਉਂਦੇ ਨੇ ਸੋ ਉਹਨਾਂ ਦੀ ਦੇਣ ਮੈਂ ਨਹੀਂ ਭੁਲਾ ਸਕਦਾ ਸੋ ਬੱਚਿਓ ਤੁਸੀਂ ਇਸ ਤਰ੍ਹਾਂ ਹੀ ਕੰਮ ਕਰਦੇ ਰਹਿਣਾ ਇਹ ਕਿਰਿਆ ਆਪਾਂ ਕੀਤੀ ਸੀ ਤੁਹਾਡੇ ਮਾਤਾ ਪਿਤਾ ਅਤੇ ਤੁਹਾਡੇ ਬਾਕੀ ਭੈਣ ਭਰਾਵਾਂ ਦਾ ਵੀ ਸਵਾਗਤ ਕਰਦਾ ਹੋਇਆ ਸ਼ੁਰੂ ਕਰਦਾ ਹਾਂ ਸਾਰਿਆਂ ਕੋਲ ਕਿਤਾਬ ਉਹਨਾਂ ਦੇ ਸਾਹਮਣੇ ਹੋਣੀ ਚਾਹੀਦੀ ਹੈ ਔਰ ਤੁਸੀਂ ਦੇਖ ਰਹੇ ਹੋ ਇਸ ਹੀ ਪੇਸ ਨੂੰ ਪੇਜ ਨੰਬਰ 84 ਤੇ ਜਿਹੜਾ ਹੈ ਉਹ ਇਹ ਗੱਲ ਕਰ ਰਹੇ ਆਂ ਚੁੰਝ ਤੇ ਦੰਤ ਪਾਠ ਕੱਢ ਕੇ ਪੇਜ ਨੰਬਰ 84 ਤੇ ਆਜੋ ਕਿਤਾਬ ਨੂੰ ਖੋਲੋ ਔਰ ਤੁਸੀਂ ਵੀ ਜਾਣਦੇ ਹੋ ਕਿ ਅਸੀਂ ਇਹ ਪ੍ਰਸ਼ਨ ਉੱਤਰ ਸਾਰੇ ਕਰ ਲਏ ਆਂ ਔਰ ਮੇਲ ਮਲਾਨ ਜਿਹੜਾ ਹੈ ਇਹ ਵੀ ਕਰ ਲਿਆ ਸੀ ਪਾਠ ਨੰਬਰ ਸੌਰੀ ਪ੍ਰਸ਼ਨ ਨੰਬਰ 6 ਜੀਭ ਦਾ ਸਾਨੂੰ ਕਿਹੜੇ ਸਵਾਦ ਪਤਾ ਲੱਗਦੇ ਆ ਇਹ ਵੀ ਆਪਾਂ ਤੁਹਾਨੂੰ ਦੱਸ ਚੁੱਕੇ ਆਂ ਇਹ ਵੀ ਕਰ ਲਿਆ ਸੀ ਹੁਣ ਆਪਾਂ ਇਸ ਤੋਂ ਅੱਗੇ ਪੜ੍ਹਨਾ ਸ਼ੁਰੂ ਕਰਨਾ ਇਨੇ ਸਮੇ ਵਿੱਚ ਗਲੀ ਵਿੱਚ ਹਾਥੀ ਦਿਖਾਉਣ ਵਾਲੇ ਆ ਗਏ ਡਿੰਪਲ ਨੇ ਵੀ ਆਪਣੀ ਮੰਮੀ ਨਾਲ ਜਾ ਕੇ ਹਾਥੀ ਦੇਖਿਆ ਅਤੇ ਉਹ ਦੇਖ ਕੇ ਬੜੀ ਹੈਰਾਨ ਹੋਈ ਕਿ ਹਾਥੀ ਦੇ ਮੂੰਹ ਦੇ ਮੂੰਹ ਤੋਂ ਬਾਹਰ ਦੇ ਦੰਦ ਲੰਬੇ ਦੰਦ ਲੰਬੇ ਲੰਬੇ ਦੰਦ ਸਨ ਮੂੰਹ ਤੋਂ ਬਾਹਰ ਲੰਬੇ ਲੰਬੇ ਦੰਦ ਸਨ ਮੰਮੀ ਨੇ ਦੱਸਿਆ ਕਿ ਇਹ ਦੰਦ ਖਾਣ ਵਿੱਚ ਮਦਦ ਨਹੀਂ ਕਰਦੇ ਖਾਣ ਵਾਲੇ ਦੰਦ ਹਾਥੀ ਦੇ ਮੂੰਹ ਵਿੱਚ ਹੀ ਵੱਖਰੇ ਹੁੰਦੇ ਹਨ ਅੱਗੇ ਬੇਟਾ ਪੇਜ ਨੰਬਰ 85 ਪੇਜ ਨੰਬਰ 85 ਤੇ ਬੇਟਾ ਪੜਨਾ ਸ਼ੁਰੂ ਕਰਦੇ ਹਾਂ ਹਾਥੀ ਦੇ ਪਿੱਛੇ ਕੁਝ ਕੁੱਤੇ ਵੀ ਭੌਂਕ ਰਹੇ ਸਨ ਮੰਮੀ ਔ ਦੇਖੋ ਕੁੱਤੇ ਦੇ ਮੂੰਹ ਦੇ ਅੰਦਰ ਵੀ ਬਾਕੀ ਦੰਦਾਂ ਨਾਲੋਂ ਥੋੜੇ ਜੇ ਲੰਬੇ ਦੋ ਦੰਦ ਹਨ ਡਿੰਪਲ ਦੇ ਡਿੰਪਲ ਨੇ ਮੰਮੀ ਦਾ ਹੱਥ ਖਿੱਚਦੇ ਗਿਆ ਹਾਂ ਹਾਂ ਬੇਟਾ ਸਾਰੇ ਮਾਸ ਖਾਣ ਵਾਲੇ ਜਾਨਵਰਾਂ ਵਿੱਚ ਹੀ ਇਹ ਸੂਏ ਦੰਦ ਥੋੜੇ ਵੱਡੇ ਹੁੰਦੇ ਨੇ ਇਹਨਾਂ ਦੰਦਾਂ ਨਾਲ ਇਹ ਮਾਸ ਨੂੰ ਪੜਦੇ ਹਨ ਬਾਕੀ ਦੰਤ ਤੇ ਜਾੜਾ ਨਾਲ ਕੁੱਤਾ ਹੋਰ ਖਾਣ ਵਾਲੀਆਂ ਚੀਜ਼ਾਂ ਨੂੰ ਚਬਾਉਂਦਾ ਹੈ ਮੰਮੀ ਨੇ ਆਪਣੀ ਸਮਝ ਅਨੁਸਾਰ ਦੱਸਿਆ ਮੰਮੀ ਇਹ ਮੱਝ ਤੇ ਗਾਂ ਬੈਠ ਕੇ ਹੀ ਚਬਾ ਰਹੀਆਂ ਹਨ ਡਿੰਪਲ ਨੇ ਪੁੱਛਿਆ ਮੰਮੀ ਨੇ ਦੱਸਿਆ ਕਿ ਇਹ ਘਾਹ ਖਾਣ ਵਾਲੇ ਸ਼ਾਕਾਹਾਰੀ ਪਸ਼ੂਆਂ ਦੇ ਅਗਲੇ ਦੰਦ ਕਾ ਅਤੇ ਚਾਰੇ ਨੂੰ ਕੱਟ ਕੇ ਖਾਣ ਲਈ ਚੌੜੇ ਅਤੇ ਤਿੱਖੇ ਹੁੰਦੇ ਹਨ ਜਿਸ ਨਾਲ ਇਹ ਜਲਦੀ ਜਲਦੀ ਚਿਬਾ ਚਾਰਾ ਜਿਹੜਾ ਖਾ ਲੈਂਦੇ ਹਨ ਫਿਰ ਆਰਾਮ ਨਾਲ ਬੈਠ ਕੇ ਖਾਦਾ ਹੋਇਆ ਚਾਰਾ ਵਾਪਸ ਮੂੰਹ ਵਿੱਚ ਲਿਆ ਕੇ ਪਿਛਲੇ ਵੱਡੇ ਦੰਦਾਂ ਦੀ ਮਦਦ ਨਾਲ ਚਿੱਥ ਕੇ ਬਰੀ ਕਰਕੇ ਪਾਚਨਯੋਗ ਬਣਾਉਂਦੇ ਹਨ ਇਸ ਨੂੰ ਹੀ ਜੁਗਾਲੀ ਕਰਨਾ ਕਹਿੰਦੇ ਹਨ ਆ ਗਲੇਰੀਏ ਤੇ ਖਰਗੋਸ਼ ਵਰਗੇ ਜਾਨਵਰਾਂ ਦੇ ਦੰਦ ਵੀ ਬੀਜਾਂ ਤੇ ਫਲਾਂ ਨੂੰ ਛਿਲਕੇ ਖਾਣ ਲਈ ਬੜੇ ਤਿੱਕੇ ਹੁੰਦੇ ਹਨ ਸੋ ਬੇਟਾ ਇੱਕ ਲਿੰਕ ਤੁਹਾਨੂੰ ਨਜ਼ਰ ਆ ਰਿਹਾ ਹੈ ਇਸ ਲਿੰਕ ਨੂੰ ਟਾਈਪ ਕਰਕੇ ਤੁਸੀਂ ਵੱਖ-ਵੱਖ ਜਨਵਰਾਂ ਦੇ ਬਾਰੇ ਉਹਨਾਂ ਦੇ ਦੰਦਾਂ ਬਾਰੇ ਉਹਨਾਂ ਦੇ ਖਾਣ-ਪੀਣ ਬਾਰੇ ਜਾਣਕਾਰੀ حاصل ਕਰ ਸਕਦੇ ਹੋ ਇਸ ਲਿੰਕ ਨੂੰ ਟਾਈਪ ਕਰੋ YouTube ਚੈਨਲ ਦੇ ਉੱਤੇ YouTube ਸੌਰੀ ਨੈਟਵਰਕ ਦੇ ਉੱਤੇ ਤੁਹਾਨੂੰ ਆਪਣੇ ਆਪ ਹੀ ਸਰਚ ਬਾਕਸ ਜਿੱਦਾਂ ਟਾਈਪ ਕਰੋਗੇ ਐਂਟਰ ਕਰੋਗੇ ਤਾਂ ਇਹ ਕੁਝ ਹੋਰ ਵੀਡੀਓ ਵੀ ਮਿਲ ਜਾਣਗੀਆਂ ਇਸ ਤੋਂ ਅੱਗੇ ਆ ਬੇਟਾ ਪੇਜ ਨੰਬਰ 87 ਸੌਰੀ 86 ਨੰਬਰ ਪੇਜ ਤੇ ਚੱਲਦੇ ਆਂ ਇਹ ਪ੍ਰਸ਼ਨ ਨੰਬਰ 7 ਤੇ ਆ ਗਏ ਆ ਜੋ ਅਸੀਂ ਹੁਣ ਪੜ੍ਹ ਕੇ ਆਏ ਆ ਇਸ ਦੇ ਹੁਣ ਉੱਤਰ ਆਪਾਂ ਦਵਾਂਗੇ ਜਿਵੇਂ ਪ੍ਰਸ਼ਨ ਪੁੱਛਿਆ ਗਿਆ ਕਿ ਹਾਥੀ ਦੇ ਦੰਦ ਖਾਣ ਲਈ ਹੋਰ ਤੇ ਦਿਖਾਉਣ ਲਈ ਹੋਰ ਤੋਂ ਤੁਸੀਂ ਕੀ ਸਮਝਦੇ ਹੋ ਤਾਂ ਇਸ ਦਾ ਭਾਵ ਇਹ ਹੈ ਉਹਨੇ ਆਪਾਂ ਪੜ੍ਹ ਕੇ ਆਏ ਆ ਕਿ ਹਾਥੀ ਦੇ ਕੋਈ ਦੰਦ ਜਿਹੜੇ ਆ ਖਾਣ ਵਾਲੇ ਹੁੰਦੇ ਨੇ ਜੋ ਕਿ ਮੂੰਹ ਦੇ ਅੰਦਰ ਹੀ ਹੁੰਦੇ ਨੇ ਤੇ ਕੁਝ ਜਿਹੜੇ ਆ ਬਾਹਰ ਬਖਾਉਣ ਵਾਲੇ ਹੁੰਦੇ ਨੇ ਦਾ ਮਤਲਬ ਇਹ ਹੈ ਕਿ ਹਾਥੀ ਦੇ ਦੰਦ ਦੋ ਤਰ੍ਹਾਂ ਦੇ ਹੁੰਦੇ ਹਨ ਕੁਝ ਦੰਦ ਬਾਹਰ ਹੁੰਦੇ ਹਨ ਜੋ ਕਿ ਸਿਰਫ ਦਿਖਾਈ ਦਿੰਦੇ ਹਨ ਤੇ ਕੁਝ ਦੰਦ ਅੰਦਰ ਹੁੰਦੇ ਹਨ ਜੋ ਕਿ ਖਾਣ ਦੇ ਕੰਮ ਹੁੰਦੇ ਹਨ ਸੋ ਇਸ ਦਾ ਇੱਕ ਆਪਾਂ ਸਿੰਪਲ ਵਾਕ ਦਵਜਤਰ ਲਿਖਦੇ ਹਾਂ ਚਲੋ ਲਿਖੀਏ ਸੋ ਇਸ ਦਾ ਮਤਲਬ ਇਹ ਹੈ ਬੱਚੇ ਕਿ ਹਾਥੀ ਦੇ ਕੋਈ ਦੰਦ ਖਾਣ ਲਈ ਮੂੰਹ ਦੇ ਅੰਦਰ ਹਨ ਤੇ ਸਿਰਫ ਤਿੰਨ ਦੂ ਦੰਦ ਹੀ ਜਿਹੜੇ ਆ ਦਿਖਾਉਣ ਲਈ ਬਾਹਰ ਹਨ ਠੀਕ ਹੈ ਤੁਸੀਂ ਇਸ ਦਾ ਉੱਤਰ ਲਿਖ ਸਕਦੇ ਹੋ ਵੀਡੀਓ ਪਾਜ਼ ਕਰਕੇ ਇਹ ਉੱਤਰ ਲਿਖੋ ਬੇਟਾ ਅੱਗੇ ਹੈ ਪ੍ਰਸ਼ਨ ਨੰਬਰ 8 ਕੁੱਤੇ ਦੇ ਲੰਬੇ ਦੰਦ ਕਿਸ ਕੰਮ ਆਉਂਦੇ ਹਨ ਸੋ ਚਲੋ ਇਹਦਾ ਉੱਤਰ ਲਿਖਦੇ ਹਾਂ ਆਪਾਂ ਨੇ ਉੱਪਰ ਪੜ੍ਹ ਕੇ ਵੀ ਆਏ ਹਾਂ ਕਿ ਕੁੱਤੇ ਦੇ ਲੰਬੇ ਦੰਦ ਜਿਹੜੇ ਐ ਮਾਸ ਪਾੜਨ ਲਈ ਹੁੰਦੇ ਹਨ ਅੱਗੇ ਹੈ ਬੇਟਾ ਕਿਰੇ ਨੰਬਰ 3 ਕਿ ਤੁਹਾਡੇ ਵਾਲੇ ਦਿਵਾਲੇ ਵਿੱਚ ਰਹਿੰਦੇ ਜਾਨਵਰਾਂ ਦੀਆਂ ਭੋਜਨ ਆਤਾਂ ਨੂੰ ਪਰਖੋ ਇਸ ਨੂੰ ਕਿਸ ਤਰ੍ਹਾਂ ਕਰਨਾ ਹੈ ਬੱਚੇ ਆਪਾਂ ਡਿਸਕਸ ਕਰਦੇ ਆਪਾਂ ਜਾਨਵਰਾਂ ਦਾ ਨਾਂ ਲਿਖਣਾ ਜਿਵੇਂ ਕਿ ਸਭ ਤੋਂ ਪਹਿਲਾਂ ਮੰਨ ਲਓ ਕੋਈ ਜਾਨਵਰ ਲਿਖਦੇ ਆਂ ਬਿੱਲੀ ਹੁਣ ਇਹ ਭੋਜਨ ਕਿਹੜਾ ਕਰਦੀ ਹੈ ਇਹ ਮਾਸਾਹਰੀ ਹੈ ਮਤਲਬ ਮਾਸ ਖਾ ਲੈਂਦੀ ਹੈ ਚੂਹੇ ਖਾਂਦੀ ਹੈ ਠੀਕ ਹੈ ਜਾਂ ਹੋਰ ਮਾਸ ਵੀ ਖਾ ਲੈਂਦੀ ਹੈ ਦੁੱਧ ਵੀ ਪੀ ਲੈਂਦੀ ਹੈ ਦੋਵੇਂ ਤਰੀਕੇ ਦੇ ਇਹ ਨਸਲ ਹੈ ਕੀ ਜਾਂਦੀ ਹੈ ਜਿਹੜੀ ਮਾਸ ਵੀ ਖਾਂਦੀ ਹੈ ਮਾਸਾਹਾਰੀ ਵੀ ਹੈ ਅਤੇ ਸ਼ਾਕਾਹਾਰੀ ਵੀ ਹੈ ਦੁੱਧ ਵਗੈਰਾ ਸਬਜ਼ੀਆਂ ਫਲ ਵੀ ਖਾ ਲੈਂਦੀ ਹੈ ਠੀਕ ਹੈ ਇਸ ਨੂੰ ਆਪਾਂ ਦੋਵੇਂ ਇਸ ਕਰਕੇ ਲਿਖਾਂਗੇ ਕਿਉਂਕਿ ਸ਼ਕਾਰੀ ਵੀਅ ਤੇ ਮਾਸਾਹਰੀ ਵੀਅ ਠੀਕ ਹੈ ਅਗਲੇ ਦੰਦਾਂ ਦੀ ਬਣਤਰ ਕਿਸ ਤਰ੍ਹਾਂ ਦੀ ਹੈ ਇਹਦਾ ਆਪਾਂ ਲਿਖਾਂਗੇ ਸੁਵਾਦੰਦ ਤਿੱਖੇ ਤੇ ਵੱਡੇ ਅਤੇ ਬਾਕੀ ਛੋਟੇ ਦੰਦ ਇਸ ਤਰ੍ਹਾਂ ਤੁਸੀਂ ਇੱਕ ਕਾਲਮ ਜਿਹੜਾ ਹੈ ਸਾਰਾ ਪੂਰਾ ਕਰ ਲੈਣਾ ਹੈ ਇਸ ਤਰ੍ਹਾਂ ਹੀ ਬੇਟਾ ਹੁਣ ਤੁਸੀਂ ਖੁਦ ਆਪ ਇਥੇ ਜਾਨਵਰਾਂ ਦੇ ਨਾਮ ਲਿਖੋਗੇ ਤੇ ਅੱਗੇ ਉਹਨਾਂ ਦੀ ਬਨਤਰ ਭੋਜਨ ਸ਼ਾਕਾਹਾਰੀ ਹੈ ਕਿ ਮਾਸਾਹਾਰੀ ਹੈ ਇਹ ਸਾਰਾ ਕੁਝ ਲਿਖੋਗੇ ਜਿਵੇਂ ਮੈਂ ਕੁਝ ਜਾਨਵਰਾਂ ਦੇ ਨਾਮ ਲਿਖ ਦਿੰਨਾ ਹੈ ਅੱਗੇ ਆ ਤਾਂ ਤੁਸੀਂ ਖੁਦ ਉਹਨਾਂ ਦੀਆਂ ਇਨ੍ਹਾਂ ਖਾਣਿਆਂ ਵਿੱਚ ਭਰ ਕੇ ਪੂਰੀਆਂ ਕਰੋਗੇ तरह गे। गे तो इस तरह बेटा तुम उन्हों के नाम लिखोगे और अगे वो भोजन कि मासाहारी ने कि शाकाहारी ने जो मास खाने वाले आते मासाह लिखोगे अगर वो घा पट्ठा खाने वाले ने तो शाकाहारी लिखोगे इस तरह ही वह दंदों की बढ़तर किदा उन्हों की ये भी इतने लिखोगे इस तरह ये सारा कंप्लीट करोगे नोट कर लो बेटा इस अगर बेटा पंछियों दिया चूँ अगले दिन भी ਸਵੇਰ ਡਿੰਪਲ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਨਹਿਰ ਦੇ ਕੰਢੇ ਸੈਰ ਕਰਨ ਗਈ। ਆਲੇ-ਦੁਆਲੇ ਦੇ ਦਰਖਤਾਂ ਵਿੱਚੋਂ ਵੱਖ-ਵੱਖ ਪੰਛੀਆਂ ਦੀਆਂ ਮਨਮੋਹਕ ਆਵਾਜ਼ਾਂ ਆ ਰਹੀਆਂ ਸਨ। ਕੋਇਲ ਉੱਚੀ-ਉੱਚੀ ਕੂਕ ਰਹੀ ਸੀ। ਡਿੰਪਲ ਨੇ ਚਿੜੀਆਂ ਦੇ ਚੰਬੇ ਨੂੰ ਦਾਣੇ ਖਾਂਦਾ ਦੇਖ ਪਾਪਾ ਜੀ ਤੋਂ ਪੁੱਛਿਆ ਕਿ ਪੰਛੀਆਂ ਦੇ ਕਿੰਨੇ ਦੰਦ ਹੁੰਦੇ ਹਨ? ਪਾਪਾ ਜੀ ਨੇ ਕਿਹਾ ਬੇਟਾ ਪੰਛੀ ਭੋਜਨ ਖਾਣ ਲਈ ਦੰਦਾਂ ਦਾ ਕੰਮ ਆਪਣੀ ਚੁੰਝ ਤੋਂ ਲੈਂਦੇ ਹਨ ਇਹਨਾਂ ਦੀਆਂ ਚੁੰਝਾਂ ਦੀ ਬਣਾਵਟ ਤੋਂ ਇਹਨਾਂ ਦੇ ਮਨਪਸੰਦ ਭੋਜਨ ਦਾ ਵੀ ਪਤਾ ਲੱਗ ਜਾਂਦਾ ਹੈ ਚਿੜੀਆਂ ਕਬੂਤਰ ਮੋਰ ਮੁਰਗੀ ਅਤੇ ਘੁਗੀਆਂ ਦੀ ਚੁੰਝ ਛੋਟੀ ਅਤੇ ਸਖਤ ਹੁੰਦੀ ਹੈ ਕਿ ਇਹ ਦਾਣਿਆਂ ਨੂੰ ਤੋੜ ਕੇ ਖਾ ਲੈਂਦੇ ਹਨ ਤੋਤਾ ਫਲ ਖਾਣ ਦਾ ਸ਼ੌਕੀਨ ਹੈ ਇਹ ਆਪਣੀ ਗੋਲਾਈਦਾਰਤੀ ਹੋਕਵਾੰਗ ਮੂੜੀ ਹੋਈ ਛੋਂਝ ਨਾਲ ਸਖਤ ਕੱਚੇ ਅਤੇ ਪੱਕੇ ਤਰ੍ਹਾਂ ਦੇ ਅੱਗੇ ਪੇਜ ਨੰਬਰ 87 ਤੇ ਚੱਲਦੇ ਆਂ ਅਸਿੱਤੇ ਸਾਰੇ ਫਲ ਖਾ ਲੈਂਦਾ ਹੈ ਉੱਲੂ ਬਾਜ਼ ਅਤੇ ਏਲ ਜਿਹੜਾ ਇੱਕ ਸ਼ਿਕਾਰੀ ਪੰਛੀ ਹੈ ਦੀ ਚੁੰਝ ਛੋਟੀ hook ਵਾਂਗ ਸਿਰੇ ਤੋਂ ਮੁੜੀ ਨੁਕੀਲੀ ਅਤੇ ਸਖਤ ਹੁੰਦੀ ਹੈ ਜਿਸ ਨਾਲ ਇਹ ਆਪਣੇ ਸ਼ਿਕਾਰ ਚੂਹੇ ਛੋਟੇ ਪੰਛੀ ਅਤੇ ਜਾਨਵਰਾਂ ਦਾ ਮਾਸ ਖਾ ਜਾਂਦੇ ਹਨ ਬਤਕਾਂ ਦੀ ਚੁੰਝ ਵੱਡੀ ਸਿੱਧੀ ਅਤੇ ਸੁਰਾਖਦਾਰ ਹੁੰਦੀ ਹੈ ਇਹ ਚੱਕੜ ਵਾਲੇ ਗੰਦਲੇ ਪਾਣੀ ਵਿੱਚੋਂ ਵੀ ਕੀੜੇ ਫੜ ਕੇ ਖਾਂਦੀ ਹੈ ਪਾਣੀ ਅਤੇ ਚਿੱਕੜ ਚੁੰਜ ਦੇ ਸਰਾਖਾਂ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਅਤੇ ਉਸ ਵਿੱਚ ਬੱਚੇ ਹੋਏ ਕੀੜੀਆਂ ਨੂੰ ਖਾ ਜਾਂਦੀ ਹੈ ਪੈਲੀਕਨ ਦੀ ਚੁੰਝੇਠਾ ਭੋਜਨ ਜਮਾ ਕਰਨ ਲਈ ਥੈਲੀ ਲੱਗੀ ਹੁੰਦੀ ਹੈ ਚੱਕੀ ਰਾਹਾ ਦੀ ਲੰਬੀ ਸਿੱਧੀ ਅਤੇ ਤਿੱਖੀ ਚੁੰਝ ਦਰੱਖਤਾਂ ਦੀਆਂ ਖੋੜਾਂ ਅਤੇ ਛਿਲ ਵਿੱਚੋਂ ਕੀੜੇ ਖਾਣ ਵਿੱਚ ਮਦਦ ਕਰਦੀ ਹੈ। ਸ਼ੱਕਰਖੂਰਾ ਪਾਈਪ ਵਰਗੀ ਬਰੀਕ ਅਤੇ ਲੰਬੀ ਚੁੰਝ ਨਾਲ ਉੱਡਦਾ-ਉੱਡਦਾ ਫੁੱਲਾਂ ਵਿੱਚੋਂ ਰਸ ਜੂਸ ਲੈਂਦਾ ਹੈ। ਕਿੰਗ ਫਿਸ਼ਰ ਪੰਛੀ ਆਪਣੀ ਲੰਬੀ ਅਤੇ ਮੋਟੀ ਚੁੰਝ ਨਾਲ ਤਲਾਬ ਵਿੱਚੋਂ ਮੱਛੀਆਂ ਅਤੇ ਡੱਡੂ ਵਰਗੇ ਛੋਟੇ ਜਾਨਵਰ ਫੜ ਕੇ ਖਾ ਲੈਂਦਾ ਹੈ। ਪੰਛੀ ਆਪਣੇ ਚੁੰਝ ਨਾਲ ਭੋਜਨ ਖਾਣ ਤੋਂ ਇਲਾਵਾ ਆਲਣੇ ਬਣਾਉਣ ਅਤੇ ਬੱਚਿਆਂ ਨੂੰ ਖਾਣਾ ਦੇਣ ਅਤੇ ਖੰਭਾਂ ਦੀ ਸਫਾਈ ਅਤੇ ਆਤਮ ਰੱਖਿਆ ਲਈ ਵੀ ਵਰਤੋਂ ਵਿੱਚ ਲਿਆਉਂਦੇ ਹਨ। ਹੁਣ ਬੇਟਾ ਤੁਹਾਡੇ ਵਾਸਤੇ ਇੱਕ ਕਰਦਾ ਕੰਮ ਹੈ ਕਿਉਂਕਿ ਇਥੇ ਵੀਡੀਓ ਮੈਂ ਸਮਾਪਤ ਕਰ ਰਿਹਾ ਹਾਂ ਤੁਹਾਡੀ ਘਰ ਦਾ ਕੰਮ ਇਹ ਹੈ ਕਿ ਜਿੰਨੇ ਪੰਛੀ ਤੁਹਾਨੂੰ ਨਜ਼ਰ ਆ ਰਹੇ ਹਨ ਇਹਨਾਂ ਪੰਛੀਆਂ ਦੇ ਨਾਮ ਲਿਖਣੇ ਬੜਾ ਸੌਖਾ ਹੈ ਕਿਉਂਕਿ ਮੈਂ ਉੱਪਰ ਹੋਣੇ ਪੜਾ ਕੇ ਆਇਆ ਤੁਹਾਨੂੰ 1 ਮਿੰਟ ਪਹਿਲਾਂ ਠੀਕ ਹੈ ਤੋਤਾ ਬਾਜ ਬਤਖ ਚਿੜੀ ਚੱਕੀਰਾ ਇਹ ਸਾਰੇ ਤੁਸੀਂ ਜਾਣਦੇ ਹੋ ਮੈਂ ਬੋਰ ਵੀ ਦਿੱਤੇ ਆ ਠੀਕ ਹੈ ਇਹਨਾਂ ਸਾਰਿਆਂ ਦੇ ਨਾਮ ਤੁਸੀਂ ਇੱਥੇ ਲਿਖਣੇ ਨੇ ਸੋ ਅੱਜ ਅਸੀਂ ਕੀਤਾ ਪੇਜ ਨੰਬਰ 85 86 87 ਇਸ ਨੂੰ ਪੜਿਆ ਠੀਕ ਹੈ ਤੁਸੀਂ ਵੀ ਇਹਨਾਂ ਪੇਜਾਂ ਨੂੰ ਪੜ੍ਹਨਾ ਹੈ ਅਭਿਆਸ ਕਰਨੀ ਹੈ ਸੋ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ ਧੰਨਵਾਦ ਸਤਿਉਨ ਬੇਨਤੀ ਹੈ ਕਿ ਬੱਚਿਆਂ ਤੱਕ ਵੀਡੀਓ ਪਹੁੰਚਦਾ ਕਰੋ ਜੀ ਤਾਂ ਕਿ ਬੱਚੇ ਕੰਮ ਕਰਦੇ ਰਹਿਣ ਤੁਸੀਂ ਵੀ ਬੱਚਿਓ ਕੋਈ ਕੰਮ ਪੈਂਡਿੰਗ ਨਾ ਰੱਖਿਓ ਰੋਜ਼ ਦੀ ਤਰ੍ਹਾਂ ਕੰਮ ਆਪਣਾ ਕਰਦੇ ਰਹੋ ਔਰ ਇਸੇ ਤਰ੍ਹਾਂ ਹੀ ਅੱਗੇ ਵਧਦੇ ਰਹੋ ਸੋ ਇਸੇ ਆਸ ਦੇ ਨਾਲ ਕਿ ਤੁਸੀਂ ਕੰਮ ਕਰਦੇ ਰਹੋਗੇ ਆਪਣਾ ਧਿਆਨ ਰੱਖੋ ਆਪਣੇ ਤੋਂ ਜ਼ਿਆਦਾ ਆਪਣੇ ਮਾਤਾ ਪਿਤਾ ਦਾ ਧਿਆਨ ਰੱਖੋ ਕਹਿਣਾ ਮੰਨੋ ਅਤੇ ਕੰਮ ਕਰਦੇ ਰਹੋ ਕੱਲ ਫਿਰ ਮਿਲਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ